ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਨੂੰ ਕਵਿਤਾ ਸੁਣਾਉਣ ਜਾ ਰਹੇ ਹਾਂ ਜਿਸਦਾ ਸਿਰਲੇਖ ਹੈ ਮਾਨਵਤਾ ਦਾ ਆਸ਼ਕ ਸੀ ਜੋ। ਮਾਨਵਤਾ ਦਾ ਆਸ਼ਕ ਸੀ ਜੋ ਗਿਆਨੀ ਤੇ ਵਿਗਿਆਨੀ ਭਗਤ ਪੂਰਨ ਸਿੰਘ ਵਰਗਾ ਲੋਕੋ ਮਿਲਣਾ ਨਹੀਂ ਕੋਈ ਦਾਨੀ ਡੇਰਾ ਸਾਹਿਬ ਲਾਹੌਰ ਦਾ ਉਹਨਾਂ ਚੱਪਾ ਚੱਪਾ ਗਾਇਆ ਪਿਆਰਾ ਸਿੰਘ ਨੂੰ ਗੋਦੀ ਚੁੱਕ ਕੇ ਹੱਥੀ ਲਾੜ ਰਜਾਇਆ ਕਰਨ ਕਾਂਡ ਤੋਂ ਜਾਤ ਪਾਤ ਦਾ ਭੇਦ ਭਗਤ ਜੀ ਮਿਟਾਇਆ ਦੁਖੀਆਂ ਨੂੰ ਉਹਨਾਂ ਗੱਲ ਨਾਲ ਲਾ ਕੇ ਆਪਣਾ ਆਪ।